ਬਿਲਕੁਲ ਸਿਆਸਤ ਦੇ ਬਾਬਾ ਬੋਰਡ ਕਿਹਾ ਜਾਂਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਡੇ ਵਿੱਚ ਨਹੀਂ ਰਹੇ, ਪਰ ਜਿਸ ਤਰ੍ਹਾਂ ਦੇ ਕੱਲ ਦਾ ਮਾਹੌਲ ਤੁਸੀਂ ਦੇਖਿਆ, ਹਰ ਪਾਰਟੀ ਵਰਕਰ ਦੇ ਅੱਖਾਂ ਦੇ ਵਿੱਚ ਹੰਝੂ ਨਜ਼ਰ ਆਏ ਨੇ। ਵੱਡੇ ਜਿਹੜੇ ਪਾਰਟੀ ਦੇ ਇੱਕ ਲੀਡਰ ਨਹੀਂ ਬਲਕਿ ਵਿਰੋਧੀ ਧਿਰ ਦੇ ਆਗੂ ਵੀ ਮੌਕੇ ਦੇ ਉੱਤੇ ਪਹੁੰਚੇ ਨੇ। ਅੱਜ ਹੁਣ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਸੈਕਟਰ 28 ਦੇ ਪਾਰਟੀ ਦਫ਼ਤਰ ਦੇ ਵਿੱਚ ਲੈ ਕੇ ਜਾਏ, ਜਿਨ੍ਹਾਂ ਦੇ ਦਰਸ਼ਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਾਣਦੇ ਆ, ਕਿਉਂਕਿ ਬੜਾ ਨਜ਼ਦੀਕੀ ਤੋਂ ਇਹਨਾਂ ਨੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖਿਆ। ਵੀ ਮਾਨੋ ਸਾਹਿਬ ਬੜਾ ਨੇੜੇ ਤੋਂ ਦੇਖਿਆ, ਕਿਸ ਤਰ੍ਹਾਂ ਦਾ ਸੁਭਾਅ ਸੀ, ਕਿੰਨੀ ਕੁ ਤੁਸੀਂ ਸਿਆਸਤ ਤੋਂ ਤੁਸੀਂ ਦੇਖਦੇ ਹੋ, ਕਿਉਂਕਿ ਇਕੱਲਾ ਰਾਜਨੀਤੀ ਨਹੀਂ, ਉਹ ਪੰਥ ਦੇ ਵਿੱਚ ਵੀ, ਪੰਥਕ ਸਿਆਸਤ ਦੇ ਵਿੱਚ ਵੀ ਬੜਾ ਨਾਂ ਸੀ ਉਹਨਾਂ ਦਾ। ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਜ਼ਿੰਦਗੀ ਦੇ ਬੜੇ ਉਤਰਾਅ ਚੜਾਅ ਦੇਖੇ, ਉੱਥੇ ਉਹਨਾਂ ਦੇ ਨਾਲ ਅਸੀਂ ਵੀ ਬਹੁਤ ਕੁਝ ਉਹਨਾਂ ਕੋਲ ਸਿੱਖਿਆ ਤੇ ਦੇਖਿਆ। ਅੱਜ ਜਦੋਂ ਸਾਡੇ ਵਿੱਚ ਨਹੀਂ ਰਹੇ ਤਾਂ ਉਹਨਾਂ ਦੀਆਂ ਉਹ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਅੱਖਾਂ ਦੇ ਅੱਗੇ ਘੁੰਮ ਰਹੀਆਂ ਨੇ। ਮੈਨੂੰ ਯਾਦ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਬੜਾ ਹੱਸ ਕੇ ਕਿਹਾ ਕਿ ਕਰਨੈਲ ਸਿੰਘ ਜੀ ਤੁਹਾਡੇ ਨਾਂ ਨਾਲ ਪੀਰ ਮੁਹੰਮਦ ਏ, ਤੇ ਇਹ ਕਾਕਾ ਨਾਂ ਜਿਹੜਾ ਇਹਦੇ ਤੋਂ ਹੋਰ ਤਰ੍ਹਾਂ ਲੱਗਦਾ ਕੁਝ। ਮੈਂ ਕਿਹਾ ਜੀ ਮੇਰਾ ਪਿੰਡ ਏ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬੜੇ ਸਤਿਕਾਰ ਨਾਲ ਪੀਰ ਮੁਹੰਮਦ ਸਾਹਿਬ ਕਹਿ ਕੇ ਬੁਲਾਉਣਾ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਤੋਂ ਜਿਹੜਾ ਸਭ ਤੋਂ ਵੱਡੀ ਗੱਲ ਸਿੱਖਣ ਵਾਲੀ ਉਹ ਇਹ ਆ ਕਿ ਉਹ ਆਪਣੇ ਵਿਰੋਧੀਆਂ ਨੂੰ ਹੀ ਆਪਣਾ ਬਣਾ ਲੈਂਦੇ ਸੀ। ਕਿੰਨਾ ਵੀ ਕਈ ਵਾਰੀ ਗੁੱਸੇ ਦੇ ਵਿੱਚ ਵੀ ਕੋਈ ਗੱਲ ਹੋਣੀ ਨਾ, ਤੇ ਬਾਦਲ ਸਾਹਿਬ ਦੇ ਕੋਲ ਜਦੋਂ ਜਾ ਕੇ ਜਾਣਾ ਤੇ ਉਹਨਾਂ ਨੇ ਬੇਟਾ ਕੀ ਹਾਲ ਏ ਤੇਰਾ, ਕਿਵੇਂ ਆ, ਉਸੇ ਵੇਲੇ ਸਾਡਾ ਜਿਹੜਾ ਨਾ ਉਹ ਮਨ ਸ਼ਾਂਤ ਹੋ ਜਾਣਾ। ਇਸ ਕਰਕੇ ਉਹ ਸਰਦਾਰ ਸਾਹਿਬ ਕਾਕਾ ਜੀ ਇਹ ਸ਼ਬਦ ਤਾਂ ਉਹਨਾਂ ਦੇ ਜਹਿਣ ਦੇ ਵਿੱਚ ਹਰ ਵਕਤ ਚੱਲਦੇ ਰਹਿੰਦੇ ਸੀ। ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੰਨਾ ਉਹਨਾਂ ਵਰਗਾ ਬਹੁਤ ਔਖਾ ਹੈ, ਪਰ ਉਹਨਾਂ ਤੋਂ ਸਿੱਖਣ ਦਾ ਬਹੁਤ, ਜਿਹੜਾ ਮੌਜੂਦਾ ਸਮੇਂ ਦੇ ਵਿੱਚ 5 ਵਾਰ ਮੁੱਖ ਮੰਤਰੀ ਰਹਿਣਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਲੰਮੇ ਸਮੇਂ ਤੋਂ ਪ੍ਰਧਾਨ ਰਹਿਣਾ, ਇਹ ਜਿਹੜੀ ਸ਼ਖਸੀਅਤ ਦਾ ਉਹਨਾਂ ਦੇ ਗੁਣ ਸਨ, ਤੇ ਅੱਜ ਉਹਨਾਂ ਨੂੰ ਅਸੀਂ ਨਮਨ ਅੱਖਾਂ ਦੇ ਨਾਲ ਜਿੱਥੇ ਉਹਨਾਂ ਦਾ ਸਤਿਕਾਰ ਕਰ ਰਹੇ ਹਾਂ, ਉਹਨਾਂ ਦਾ ਸਰੀਰਕ ਵਿਛੋੜਾ ਸਹਿ ਤੇ ਕਹੇ ਆ। ਤੁਸੀਂ ਦੇਖੋ 95 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆਂ ਤੋਂ ਗਏ, ਤੇ ਇੰਝ ਲੱਗਦਾ ਕਿਉਂਕਿ ਜਵਾਨ ਦੁਨੀਆਂ ਤੋਂ ਚਲਾ ਗਿਆ ਹੁੰਦਾ, ਜਿਵੇਂ ਇੱਕ ਨੌਜਵਾਨ ਲਈ ਦੁੱਖ ਦਾ ਪ੍ਰਗਟਾਵਾ ਹੁੰਦਾ। ਪੰਜਾਬ ਦੀ ਸਿਆਸਤ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਵਿਰੋਧੀ ਸੀ, ਅੱਜ ਉਹ ਵੀ ਆਪਣੀ ਉਹ ਇਕੱਲੀ ਇਕੱਲੀ ਗੱਲ ਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਉਹਨਾਂ ਦਾ ਉੱਠਣਾ ਬੈਠਣਾ ਸੀ। ਸੋ ਬਿਲਕੁਲ ਕਰਨੈਲ ਸਿੰਘ ਪੀਰ ਮੁਹੰਮਦ ਦੀ ਕੋਈ ਯਾਦ ਹੈ ਜਿਹੜੀ ਖਾਸ, ਜਿਹੜੀ ਅਸੂਨ ਟੁੰਬਦੀ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਿਹਾ ਸੀਗਾ ਤੇ ਆਹ ਅੱਜ ਮੈਨੂੰ ਯਾਦ ਆ ਰਹੀ ਹੈ? ਦੇਖੋ, ਉਹਨਾਂ ਨੇ ਇੱਕ ਵਾਰ ਕੀ ਕਿਹਾ ਕਿ ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਏਕਤਾ ਲਈ ਉਹਨਾਂ ਕੋਲ ਗਏ, ਤੇ ਕਹਿੰਦੇ ਕਾਕਾ ਤੁਸੀਂ ਤਾਂ ਵੇਖੋ ਸਾਡੇ ਨਾਲ ਬੈਠ ਜਾਂਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਹੋ, ਪਰ ਜਦੋਂ ਅਸੀਂ ਤੁਹਾਡੀ ਉਮਰ ਦੇ ਵਿੱਚ ਸਾਂ ਨਾ, ਤੇ ਅਸੀਂ ਤਾਂ ਜਥੇਦਾਰਾਂ ਦੇ ਕਸ਼ਹਿਰੇ ਤੋਂ ਹੁੰਦੇ ਸਾਂ। ਕਹਿੰਦੇ ਕਿ ਤੁਹਾਡੀ ਕਿਸਮਤ ਏ ਕਿ ਤੁਸੀਂ ਅੱਜ ਸਿੱਧੇ ਆਣ ਕੇ ਸਾਡੇ ਨਾਲ ਬੈਠਦੇ ਹੋ, ਉੱਠਦੇ ਹੋ, ਸਾਡੇ ਨਾਲ ਵਿਚਾਰਾਂ ਕਰਦੇ ਹੋ। ਇਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀ ਨਾ, ਉਹਨਾਂ ਦੇ ਵਿੱਚੋਂ ਬਹੁਤ ਵੱਡੀ ਨਸੀਹਤ ਹੁੰਦੀ ਸੀ ਕਿ ਇੱਕ ਫੈਸਲਾ ਹੁੰਦਾ ਸਿੱਖ ਸਿਆਸਤ ਦੇ ਵਿੱਚ, ਉਹਨਾਂ ਨੇ ਜਿਹੜੀ ਆਪਣੀ ਇੱਕ ਪੈੜ ਛੱਡੀ। ਤੁਸੀਂ ਦੇਖੋ ਵਿਰੋਧ ਦੀਆਂ ਗੱਲਾਂ ਕਈ ਵਾਰੀ ਸਾਡੇ ਕੋਲ ਵੀ ਕਈ ਗੱਲਾਂ ਸ਼ਬਦ ਉਹਨਾਂ ਦੇ ਸ਼ਖਸੀਅਤ ਬਾਰੇ ਬੋਲੇ ਗਏ ਹੋਣਗੇ, ਤੇ ਮੈਂ ਇਸ ਗੱਲ ਦੀ ਵੀ ਚਾਹੁੰਦਾ ਕਿ ਅੱਜ ਮਹਿਸੂਸ ਹੁੰਦਾ ਕਿ ਨਹੀਂ ਉਹ ਬੜੀ ਵੱਡੀ ਸ਼ਖਸੀਅਤ ਸਨ, ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦਾ ਇੱਕ ਸਾਇਆ ਸਾਡੇ ਤੇ ਰਹਿਣਾ ਚਾਹੀਦਾ ਸੀ। ਬਿਲਕੁਲ ਬਿਲਕੁਲ, ਸਾਡੇ ਨਾਲ ਯੂਥ ਆਗੂ ਨੇ ਗੁਰਪ੍ਰੀਤ ਰਾਜੂ ਖੰਨਾ ਜਾਣਦੇ ਆ, ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਕਿ ਨੌਜਵਾਨਾਂ ਨੂੰ ਬੜੀ ਜਿਹੜੀਆਂ ਨਸੀਹਤ ਦਿੰਦੇ ਸੀ ਕਿ ਅਸੀਂ ਜਿਹੜੀਆਂ ਬੜੀਆਂ ਜੇਲ੍ਹਾਂ ਕੱਟੀਆਂ ਨੇ ਸਾਨੂੰ ਬੈਠੇ ਬਿਠਾਏ ਸਿਆਸਤ ਮਿਲ ਗਈ। ਆਮ ਤੌਰ ਤੇ ਬਾਦਲ ਸਾਹਿਬ ਇਹ ਨਹੀਂ ਕਹਿੰਦੇ, ਲੋਕ ਕਹਿੰਦੀ ਮਤਲਬ ਸਟੇਜ ਤੇ ਕਹਿੰਦੇ ਸੀਗੇ, ਕਿੰਨੀ ਕੁ ਪ੍ਰੇਰਣਾ ਮਿਲਦੀ ਹੈ ਉਹਨਾਂ ਦੇ ਜਦੋਂ ਇਸ ਤਰ੍ਹਾਂ ਸ਼ਬਦ ਹੁੰਦੇ ਸੀ? ਦੇਖੋ, ਬਾਦਲ ਸਾਹਿਬ ਦਾ ਚਲੇ ਜਾਣਾ ਇਹ ਇੱਕ ਵੱਡੇ ਯੋਗਦਾਨ ਹੋਇਆ, ਕਿਉਂਕਿ ਸਾਹਿਬ ਪ੍ਰਕਾਸ਼ ਸਿੰਘ ਬਾਦਲ ਇੱਕ ਆਪਣੇ ਆਪ ਯੂਨੀਵਰਸਿਟੀ ਸੀਗੇ ਜਿਨ੍ਹਾਂ ਦੇ ਕੋਲ ਬੜਾ ਕੁਝ ਸਿੱਖਣ ਨੂੰ ਮਿਲਦਾ ਸੀ, ਕਿਉਂਕਿ ਨੌਜਵਾਨ ਪੀੜ੍ਹੀ ਨੂੰ, ਕਿਉਂਕਿ ਉਹਨਾਂ ਦੀ ਜਿੰਨੀਆਂ ਵੱਡੀ ਕੁਰਬਾਨੀਆਂ ਪੰਜਾਬ ਲਈ, ਪੰਜਾਬੀ ਸੂਬੇ ਲਈ, ਦੇਸ਼ ਲਈ, ਕੌਮ ਲਈ ਜਿੱਡਾ ਵੱਡੇ ਉਹਨਾਂ ਕੁਰਬਾਨੀਆਂ ਸੀ, ਉਹ ਕੁਰਬਾਨੀਆਂ ਸਦਾ ਯਾਦ ਰੱਖਿਆ ਜਾਊਗਾ। ਅਤੇ ਮੈਂ ਸਮਝਦਾ ਖਾਸ ਕਰ ਸਾਨੂੰ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਇਸ ਚਲੇ ਜਾਣ ਦਾ ਇਹਨਾਂ ਦੀ ਬੜੀ ਵੱਡੀ ਨਸੀਹਤਾਂ, ਬੜੀ ਬੜੀ ਸਿੱਖਿਆ ਸਾਨੂੰ ਮਿਲਦੀ ਆ, ਅਤੇ ਇਹਨਾਂ ਦੇ ਸਿੱਖਿਆ ਨੂੰ ਲੈ ਕੇ ਅਸੀਂ ਅੱਗੇ ਰਾਸ਼ਟਰੀ ਤੌਰ 'ਤੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ, ਕਿਉਂਕਿ ਜਿਹੜੇ ਵੱਡੇ ਜਿਨ੍ਹਾਂ ਦੇ ਕੁਰਬਾਨੀਆਂ ਜਿਹਨਾਂ ਦੇਣ ਹੁੰਦੀ ਆ ਉਹਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਚਾਹੇ ਸਾਡੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੀ ਯਾਦਾਂ, ਉਹਨਾਂ ਦੀ ਸਿੱਖਿਆ ਸਾਡੇ ਵਿੱਚ ਸਦਾ ਰਹਿਣਗੀ। ਆਮ ਤੌਰ 'ਤੇ ਰਾਜੂ ਜੀ ਦੇਖਿਆ ਗਿਆ ਕਿ ਬਾਈ ਨੇਮ ਬੁਲਾਉਂਦੇ ਸੀ, ਕਿੰਨੀ ਕੁ ਵਾਰ ਮਿਲਿਓ ਬਾਈ ਨੇਮ ਬੁਲਾਉਂਦੇ ਸੀ ਜਾਂ ਕਾਕਾ ਜੀ ਕਹਿ ਕੇ ਬੁਲਾਉਂਦੇ, ਸੰਬੋਧਨ ਕਰਦੇ ਸੀ? ਦੇਖੋ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਦੀ ਇੱਕ ਖੂਬੀ ਸੀ, ਚਾਹੇ ਕੋਈ ਵਿਰੋਧੀ ਵੀ ਆ, ਚਾਹੇ ਕੋਈ ਪਾਰਟੀ ਦੇ ਵਿੱਚ ਵੀ ਆ, ਉਹਨੂੰ ਬੜਾ ਮਾਣ ਸਤਿਕਾਰ ਨਾਲ ਕਾਕਾ ਜੀ ਬੁਲਾ ਕੇ, ਸਰਦਾਰ ਜੀ ਬੁਲਾ ਕੇ ਉਹਨੂੰ ਮਾਣ ਸਤਿਕਾਰ ਦੇਣਾ। ਸੋ ਮੈਨੂੰ ਯਾਦ ਆ ਸਾਡੇ ਮਲੋਹ ਸੰਗਤ ਦਰਸ਼ਨ ਹੋਇਆ ਸੀਗਾ, ਅਤੇ ਉਦੋਂ ਮੈਂ ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਸੀਗਾ, ਅਤੇ ਉਦੋਂ ਮੈਂ ਮਿਲਿਆ ਬਾਦਲ ਸਾਹਿਬ ਨੂੰ, ਮਿਲ ਕੇ ਉਹਨਾਂ ਨੇ ਬਹੁਤ ਨਿੱਘਾ ਸਾਨੂੰ ਪਿਆਰ ਦਿੱਤਾ ਅਤੇ ਬੜੀਆਂ ਕੀਮਤੀ ਗੱਲਾਂ ਦੱਸੀਆਂ ਵੀ ਤੁਸੀਂ ਜੇ ਨੌਜਵਾਨ ਹੋ, ਤੁਸੀਂ ਜ਼ਿੰਦਗੀ ਕਾਮਯਾਬ ਹੋਣਾ,
दुख सुख जाना आना काम करना बड़े मैं सब तो दित्तियां जो सिखिया उन्होंने तुरंत देख के सू बड़े सीखने को मिलता है। साडे वर्गे बंद उन्होंने गौ का आनंद मिले उन्होंने मिलने का मौका मिले उन्होंने कट्ठे काम किया उन्होंने अगवाई ची चाहे स्टूडेंट विंग बने चाहे कोई बने मैं यूथ डेवलपमेंट बोर्ड का चेयरमैन बनया बहुत कुछ सीखने को मिलया। तो मैं समझदा कि अज विरोधी जेडे विरोधी भी उन्होंने तारीफ करने नहीं रह रहे कारण की क्योंकि उन्होंने पंजाब ली देश ली कौम ली किता ही ना कुछ होया। अज हिंदुस्तान के मैं सब तो छोटी उम्र के मुख्यमंत्री सब तो वड्डी उम्र के मुख्यमंत्री साहब प्रकाश सिंह बादल सके उन्होंने जो पैड़ा छड़ के गए ने मैं समझता कि रही दुनिया तक लोग याद करेंगे सारे। बिल्कुल बिल्कुल गुरप्रीत राजू खन्ना सी नौजवान आगू ने तो स्पष्ट तौर पर कहा कि सानू हमेशा ही उन्होंने जिहड़ा प्यार मिलता रहा सियासत दे विच हमेशा ही उन्होंने जिहड़ा नवी सेध दित्ती आ उन्होंने जिहड़ा गोद का निग अज सातों जरूर बिछड़ गया। सोनू सैक्टर 22 दीआं तस्वीरां दिखाउंदे आ कि बिल्कुल जिहड़ा बाहरले दफ्तर दीआं तस्वीरां ने 28 सैक्टर बिल्कुल 28 सैक्टर दीआं तस्वीरां ने ते बाहर पूरी तरह जिहड़ा पुलिस वल्लों बैरीकेडिंग कीती होई आ सारे पासे नाकेबंदी आ यह एरिया जिहड़ा ये जिहड़ा रोड आ जिहड़ा स्लिप रोड आ बिल्कुल जिहड़ा बंद कर दिता गया बैरीकेडिंग कर दिती गई आ गड्डियां दी पार्किंग लई जिहड़ी अगे जगह रखी गई आ पर फिलहाल होर पार्टी आगू पहुंचते हैं तो उन्होंने वालों सरदार बादल की शख्सियत को लेकर कसीदे कसे गए हैं। उन्होंने कहना है कि बादल साहब कल्ले ये नहीं गा कि राजनीति दे विच हो पंथक सियासत दे विच भी उन्होंने एक अहम रोल सी पंजाब पंजाबीयत को लेकर उन्होंने वालों जिहड़ा योगदान पाया उन्हों लैके पार्टी के आगू नहीं बल्कि विरोधी आगू भी उन्होंने जिहड़ियां तरीफा के पुल बंधते रहे हैं। बेशक सियासत दे विच वाद विवाद चलता रहिंदा डिबेट चलती रहती है पर जिस तरह बादल की शख्सियत थी उन्हों लैके हर कोई जिहड़े अज भरमी तारीफ कर रहा इसलिए अज उन्होंने आत्म दर्शन लई हर कोई हुम भा के इत्थे पहुंच रहा कि अपने इस महरूम नेता के आखिरी दर्शन जरूर किए जाए।